ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮਾਫ਼ੀ ਚਾਹੁੰਦੇ ਹਾਂ ਕਿ ਜਿਹੜੀ ਮੀਟਿੰਗ ਹੈ ਆਪਣੀ ਨੈੱਟਵਰਕ ਪ੍ਰੋਬਲਮ ਦੇ ਕਾਰਨ ਜਿਹੜੀ ਹੈ ਉਹ ਰੱਦ ਹੋ ਗਈ ਕਿਉਂਕਿ ਇੱਕ ਤਾਂ ਅਸੀਂ ਰਸਤੇ ਜਾ ਰਹੇ ਹਾਂ ਕਿਉਂਕਿ ਸਫ਼ਰ ਵੀ ਪੂਰਾ ਕਰਨਾ ਚੰਡੀਗੜ੍ਹ ਦਾ ਸਵੇਰੇ ਜਲਦੀ ਵਕੀਲ ਸਾਹਿਬ ਨੂੰ ਮਿਲਣਾ ਹੈ ਕੇਸ ਦੇ ਸਿਲਸਿਲੇ 'ਚ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆਪਾਂ ਕੇਸ ਕਿਉਂ ਲਾਉਣਾ ਹੈ ਕੇਸ ਲਾਉਣਾ ਹੈ ਕਿ ਆਪਾਂ ਜਿਹੜੀਆਂ ਨਵੀਆਂ ਐਡਮਿਸ਼ਨਾਂ ਰੋਕ ਸਕੀਏ ਤਾਂ ਜੋ ਪੁਰਾਣਿਆਂ ਦਾ ਆਪਣਿਆਂ ਦਾ ਜੋ ਹੈਗਾ ਉਹ ਕਵੈਦਾਂ ਦਾ ਹੱਲ ਹੋ ਸਕੇ ਇਹਦੇ ਵਿੱਚ ਦੋ ਕਾਰਨ ਨੇ ਦੋਸਤੋ ਇੱਕ ਤਾਂ ਆਪਣਾ ਜੋ ਪੁਰਾਣਿਆਂ ਦਾ ਆਪਣਾ ਜੋ ਉਪਵੈਦ ਨੇ ਉਹਨਾਂ ਦਾ ਹੱਲ ਹੋ ਸਕੇ ਅਤੇ ਦੂਜਾ ਕਿ ਜੋ ਆਪਣੇ ਅਧਿਕਾਰ ਨੇ ਕਿ ਹਰੇਕ ਐਲੋਪੈਥੀ ਦੇ ਨਾਲ ਆਪਣਾ ਜਿਹੜਾ ਆਯੁਰਵੈਦ ਫਾਰਮਾਸਿਸਟ ਆ ਉਹ ਲਾਗੂ ਕੀਤਾ ਜਾਵੇ ਜਿਸ ਨਾਲ ਆਪਣੇ ਜੋ ਉਪਵੈਦ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਇਹੀ ਕਾਰਨ ਹੈ ਕਈ ਦੋਸਤਾਂ ਨੂੰ ਇਹ ਹੁੰਦਾ ਹੈ ਕਿ ਇਹ ਕੇਸ ਕਿਸ ਲਈ ਲਾਉਣਾ ਕੇਸ ਕਿਉਂ ਲਾਉਣਾ ਹੈ ਜਾਂ ਕਿੱਦਾਂ ਹੈ ਅਸੀਂ ਜਿਵੇਂ ਜਿਵੇਂ ਤੁਹਾਡੇ ਨਾਲ ਜਿਹੜੀ ਹੈ ਜਾਣਕਾਰੀ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਸਵੇਰੇ ਅਸੀਂ ਵਕੀਲ ਨਾਲ ਮਿਲਦੇ ਹਾਂ ਉਹ ਵੀ ਤੁਹਾਨੂੰ ਦੱਸਾਂਗੇ ਕਿ ਕੀ ਬਣਿਆ ਕਿੰਨਾ ਕੁ ਆਪਣਾ ਖਰਚਾ ਕਿੱਦਾਂ ਟ੍ਰਾਇਲ ਚੱਲੂ ਕਿੱਦਾਂ ਕੀ ਕੁਛ ਹੋਊਗਾ ਸੋ ਦੋਸਤੋ ਸਾਥ ਦਿਓ ਸਾਥ ਬਹੁਤ ਜ਼ਰੂਰੀ ਹੈ ਜਿੰਨਾ ਟਾਈਮ ਸਾਥ ਨਹੀਂ ਦਿੰਦੇ ਉਨਾ ਟਾਈਮ ਕੁਛ ਨਹੀਂ ਬਣਨਾ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਬੇਨਤੀ ਹੈ ਸਾਡੀ ਹੱਥ ਬੰਨ ਕੇ ਕਿ ਆਪਾਂ ਇੱਕ ਪਰਿਵਾਰ ਇੱਕ ਪਰਿਵਾਰਕ ਆਪਣੀ ਇੱਕ ਯੂਨੀਅਨ ਹੈ ਪਰਿਵਾਰ ਦੀ ਤਰ੍ਹਾਂ ਉਹ ਇੱਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਪਰਿਵਾਰ ਵਾਂਗੂ ਚੱਲੀਏ ਤਾਂ ਜੋ ਆਪਾਂ ਸਰਕਾਰ ਨਾਲ ਪੰਗਾ ਲੈ ਸਕੀਏ ਅਤੇ ਆਪਦੀਆਂ ਮੰਗਾਂ ਜਿਹੜੀਆਂ ਉਹ ਮਨਾ ਸਕੀਏ ਕਿਉਂਕਿ ਸਰਕਾਰ ਨਾਲ ਆਪਣਾ ਪੰਗਾ ਹੈ ਦੂਜਾ ਕਾਰਨ ਇਹ ਵੀ ਜੇ ਆਪਾਂ ਨਹੀਂ ਲਾ ਸਕਦੇ ਆਪਾਂ ਕੇਸ ਨਹੀਂ ਲਾ ਸਕਦੇ ਤਾਂ ਦੂਜਾ ਕੀ ਕਾਰਨ ਹੈ ਕਿ ਆਪਾਂ ਧਰਨੇ ਲਾ ਸਕਦੇ ਧਰਨੇ ਲਾ ਸਕਦੇ ਹੋ ਜ਼ੋਰ 'ਤੇ ਆਪਦੇ ਹਿੱਕ ਦੇ ਜ਼ੋਰ 'ਤੇ ਜਿਹਨੂੰ ਕਹਿ ਸਕਦੇ ਹਾਂ ਉਹਦੇ ਵਿੱਚ ਕੀ ਹੈ ਕਿ ਆਪਣੀ ਜਿਹੜੀ ਹੈ ਗਿਣਤੀ ਉਹ ਘੱਟ ਹੈ ਇੱਕ ਉਹ ਧਰਨਾ ਜਿਹੜਾ ਹੁੰਦਾ ਕਾਨੂੰਨੀ ਤੌਰ 'ਤੇ ਲੀਗਲ ਹੋ ਸਕਦਾ ਜਿਹੜਾ ਲੀਗਲ ਕੰਮ ਹੈ ਆਪਣਾ ਉਹ ਹੈਗਾ ਆਪਾਂ ਕਾਨੂੰਨੀ ਜਿਹੜਾ ਆਪਾਂ ਕੋਰਟ ਦੇ ਆਧਾਰ 'ਤੇ ਆਪਾਂ ਆਪਣਾ ਹੱਕ ਲੈ ਸਕੀਏ ਸੋ ਬੇਨਤੀ ਹੈ ਸਾਡੇ ਨਾਲ ਸਾਡੇ ਪ੍ਰਧਾਨ ਜੀ ਬੈਠੇ ਨੇ ਸਾਡੇ ਜੋਗਿੰਦਰ ਜੀ ਸਾਡੇ ਵੱਲੋਂ ਇਹੀ ਬੇਨਤੀ ਹੈ ਕਿ ਜਿਹੜਾ ਵੱਧ ਤੋਂ ਵੱਧ ਅਸੀਂ ਜਿਹੜਾ ਇੱਕ ਦੂਜੇ ਦਾ ਸਾਥ ਦੇਈਏ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਵਾਂਗੇ ਤਾਂ ਜੋ ਆਪਾਂ ਰਲ ਮਿਲ ਕੇ ਜਿਹੜਾ ਆਪਾਂ ਕੇਸ ਲਾ ਕੇ ਆਪਾਂ ਸਰਕਾਰ ਨੂੰ ਮੂਹਰੇ ਲਾ ਸਕੀਏ ਅਤੇ ਆਪਾਂ ਆਪਣੀਆਂ ਹੱਕਾਂ ਬਣਾ ਸਕੀਏ ਹੱਕ ਆਪਣੇ ਹੱਕ ਲੈ ਸਕੀਏ ਸੋ ਧੰਨਵਾਦ ਹੈ ਜੀ ਇੰਨੀ ਕੁ ਬੇਨਤੀ ਪ੍ਰਵਾਨ ਕਰਨਾ ਜੀ ਸਤਿ ਸ਼੍ਰੀ ਅਕਾਲ